ਕੈਂਪ ਲਗਾਇਆ ਗਿਆ ਵਾ, ਇਹਦੇ ਬਾਰੇ ਕੀ ਜਾਣਕਾਰੀ ਦਿੱਤੀ? ਇਹ ਆਪਾਂ ਸਮਰ ਮੇਲਾ ਲਗਾਇਆ ਬੱਚਿਆਂ ਨੂੰ ਐਕਟੀਵਿਟੀਜ਼ ਕਰਾਉਣ ਵਾਸਤੇ। ਉਸ ਤੋਂ ਬਾਅਦ ਬੱਚਿਆਂ ਨੂੰ ਵਕੇਸ਼ਨਸ ਹੋਣ ਚੱਲੀਆਂ ਸੀ ਕਿ ਇੱਕ ਬੱਚਿਆਂ ਨੂੰ ਯਾਦ ਰਹੇ, ਜਿੰਨੀ ਐਕਟੀਵਿਟੀਜ਼ ਹੁੰਦੀਆਂ ਬੱਚਾ ਉਨਾ ਖੁਸ਼ ਹੁੰਦਾ ਔਰ ਉਨਾ ਅੱਛਾ ਪੜ੍ਹਦੇ ਨੇ। ਇਸ ਕੈਂਪ ਵਿੱਚ ਕੀ ਕੀ ਲਗਾਇਆ ਗਿਆ? ਸਮਰ ਕੈਂਪ ਤੁਸੀਂ ਬੱਚਾ ਸਮਰ ਕੈਂਪ ਦੇ ਵਿੱਚ ਇੱਕ ਤਾਂ ਆਪਣੇ ਸਵਿਮਿੰਗ ਪੂਲਸ ਹੈ ਔਰ ਮਿੱਕੀ ਮਾਊਸ ਹੈ, ਹੋਰ ਰਾਈਡਸ ਹੈ ਕਾਫੀ, ਇੱਦਾਂ ਸਾਰੇ ਰਾਈਡਸ ਸਾਰਾ ਕੁਛ ਲਗਾਇਆ ਕਿ ਬੱਚੇ ਦੋ ਦਿਨ ਪੂਰਾ ਇੰਜੋਏ ਕਰਨ ਔਰ ਫਿਰ ਪੇਰੈਂਟਸ ਕੋਲੋਂ ਛੁੱਟੀਆਂ ਵਾਸਤੇ ਜਾਣ ਔਰ ਯਾਦ ਰੱਖਣ। ਸਕੂਲ ਦੀ ਛੁੱਟੀਆਂ ਹੋ ਰਹੀਆਂ ਨੇ? ਹਾਂਜੀ, ਉਸ ਤੋਂ ਬਾਅਦ ਸਕੂਲ ਦੀਆਂ ਛੁੱਟੀਆਂ ਹੋਣ ਜਾ ਰਹੀਆਂ। ਇਹ ਮੇਲਾ ਲਗਾਉਣ ਦਾ ਉਦੇਸ਼ ਕੀ ਤੁਹਾਡਾ ਜੀ? ਮੇਨ ਮੋਟਿਵ ਕੀ ਹੈ? ਮੋਟਿਵ ਇਹ ਕਿ ਬੱਚਿਆਂ ਨੂੰ ਥੋੜ੍ਹਾ ਜਿਹਾ ਅਟਰੈਕਟ ਕਰਨਾ, ਬੱਚਿਆਂ ਦਾ ਹੌਸਲਾ ਵਧਾਉਣਾ ਕਿ ਉਹਨਾਂ ਨੂੰ ਇੱਧਰ ਉੱਧਰ ਜਿਵੇਂ ਪੇਰੈਂਟਸ ਕੋਲ ਟਾਈਮ ਨਹੀਂ ਹੁੰਦਾ ਬੱਚਿਆਂ ਨੂੰ ਲਿਜਾਣ ਵਾਸਤੇ, ਔਰ ਅਸੀਂ ਵੀ ਉਹਨਾਂ ਦੇ ਪੇਰੈਂਟਸ ਹਾਂ ਅਤੇ ਆਪ ਬੱਚਿਆਂ ਨੂੰ ਇੱਥੇ ਹੀ ਪ੍ਰੋਵਾਈਡ ਕਰਵਾ ਦਿੱਤਾ ਕਿ ਬੱਚਿਆਂ ਨੂੰ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਪਏਗੀ ਔਰ ਇਹਨਾਂ ਦਾ ਖਾਣੇ ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ, ਹਵਾਈ ਵੀ ਲਗਵਾਏ ਗਏ ਕਿ ਬੱਚੇ ਪੂਰਾ ਇੰਜੋਏ ਕਰਨ। ਹਾਂਜੀ, ਤੁਹਾਡੇ ਸਕੂਲ 'ਚ ਇਹਨਾਂ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਐਕਟੀਵਿਟੀਜ਼ ਹੁੰਦੀਆਂ ਜ਼ਿਆਦਾ? ਸਾਡੀਆਂ ਇੱਥੇ ਜੀ ਸਪੋਰਟਸ ਦੀ ਐਕਟੀਵਿਟੀ ਹੁੰਦੀਆਂ ਨੇ ਕਾਫੀ, ਜਿੱਥੇ ਤੱਕ ਅਸੀਂ ਬੱਚਿਆਂ ਨੂੰ ਨੈਸ਼ਨਲ ਲੈਵਲ ਤੱਕ ਵੀ ਲੈ ਕੇ ਗਏ ਹਾਂ। ਔਰ ਇੱਕ ਸਾਡੀ ਬਹੁਤ ਵੱਡੀ ਜਿਹੜੀ ਉਪਲਬਧੀ ਬੱਚਿਆਂ ਦੀ ਇਹ ਵੀ ਅਸੀਂ ਅਡਲਟ ਟੀਮ ਕੀ ਲੈਬ ਲੈ ਕੇ ਆਏ ਹਾਂ, ਏਰੀਏ ਦੇ ਵਿੱਚ ਫਸਟ ਸਕੂਲ ਹੈ ਜਿਹੜਾ ਅਡਲਟ ਟੀਮ ਦੀ ਲੈਬ ਲੈ ਕੇ ਆਇਆ। ਰੋਬੋਟਿਕ ਲੈਬ ਹੁੰਦੀ ਹੈ ਜਿਹਨਾਂ ਦਾ ਖਰਚਾ ਸਾਰਾ ਗੌਰਮੈਂਟ ਦਿੰਦੀ ਹੈ, ਕਾਫੀ ਅੱਛੇ ਸਕੇਲ ਦੇ ਵਿੱਚ ਉਹਨੂੰ ਮੇਨਟੇਨੈਂਸ ਕਰਨ ਵਾਸਤੇ ਵੀ 12-13 ਲੱਖ ਰੁਪਇਆ ਪਹਿਲੇ ਬਣਾਉਣ ਵਾਸਤੇ ਦਿੱਤਾ, ਗੌਰਮੈਂਟ ਤੋਂ ਫੰਡਸ ਆਏ ਨੇ ਔਰ 2-3 ਲੱਖ ਰੁਪਇਆ ਉਹਨੂੰ ਮੇਨਟੇਨੈਂਸ ਦਾ ਮਿਲੇਗਾ 4-5 ਸਾਲ ਕੰਟੀਨਿਊ। ਉਸ ਲੈਬ ਨਾਲ ਸਾਇੰਸ ਦੀ ਵੀ ਪਲੱਸ ਬੱਚੇ ਨੇ ਸਕਿੱਲ ਡਿਵੈਲਪ ਕਰਨ ਵਾਸਤੇ, ਬੱਚੇ ਆਪਣੇ ਮੁਤਾਬਿਕ ਆਪਣੇ ਰੋਬੋਟ ਬਣਾਉਣ, ਕੁਛ ਬਣਾਉਣ, ਅਲੱਗ ਅਲੱਗ ਐਕਟੀਵਿਟੀਜ਼ ਬੱਚੇ ਉਹਦੇ 'ਚ ਬਹੁਤ ਜ਼ਿਆਦਾ ਕਰ ਰਹੇ ਨੇ। ਇੰਟਰਨੈਸ਼ਨਲ ਸਕੂਲ ਐਂਡ ਸਪੋਰਟਸ ਅਕੈਡਮੀ। ਇਹ ਬਹੁਤ ਅੱਛਾ ਲੱਗ ਰਿਹਾ ਹੈ, ਇਸ ਨੂੰ ਬਹੁਤ ਜ਼ਿਆਦਾ ਮਜ਼ਾ ਆਤਾ ਹੈ, ਇਸਮੇਂ ਬਹੁਤ ਸਾਰੇ ਝੂਲੇ ਹੈ ਔਰ ਮਜ਼ਾ ਆ ਰਿਹਾ ਬਹੁਤ ਜ਼ਿਆਦਾ। ਅਬ ਛੁੱਟੀਆਂ ਹੋ ਰਹੀ, ਇਸਕੇ ਬਾਅਦ ਛੁੱਟੀਆਂ ਵੀ ਜਾਓਗੇ ਇੰਜੋਏ ਕਰੋਗੇ ਫਿਰ? ਯੈਸ ਸਰ, ਬਟ ਹਾਂ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ। ਓਕੇ, ਮਜ਼ਾ ਆਪਕੋ ਕੈਸਾ ਲਗਾ ਸਕਦਾ ਹੂੰ ਕੈਂਪ? ਬਹੁਤ ਅੱਛਾ ਲਗਾ ਹਮੇ, ਅਬ ਹਮ ਦੁਬਾਰਾ ਸੇ ਯਹਾਂ ਪੇ ਆਏਂਗੇ। ਕਿਆ ਕਿਆ ਇੰਜੋਏ ਕੀ ਆਪਨੇ ਸਫਰ ਕਰਕੇ? ਸਾਰੇ ਝੂਲੇ ਝੂਲੇ ਹਮਨੇ। ਓਕੇ, ਕਿਆ ਕਿਆ ਝੂਲੇ ਝੂਲੇ ਉਸਕੇ ਇਲਾਵਾ? ਸਵਿਮਿੰਗ ਪੂਲ, ਵਾਟਰ ਪਾਰਕ, ਸਭ। ਆਪਕੋ ਕੈਸਾ ਲਗਾ ਬੇਟਾ ਇਸ ਕੰਮ ਕਾ? ਬਹੁਤ ਅੱਛਾ ਲਗਾ ਹਮੇ, ਯਹਾਂ ਪੇ ਬਹੁਤ ਇੰਜੋਏ ਕੀਆ, ਸਬਸੇ ਜ਼ਿਆਦਾ ਤੋ ਸਵਿਮਿੰਗ ਮੇ ਮਜ਼ਾ ਆ ਰਿਹਾ ਹੈ ਯਹਾਂ ਪੇ, ਔਰ ਹਰ ਇੱਕ ਰਾਈਡ ਕੋ ਹਮਨੇ ਪੂਰਾ ਇੰਜੋਏ ਕੀਆ। ਮੈਂ ਰਜੇ ਸ਼ਰਮਾ, ਸਕੂਲ ਦਾ ਪ੍ਰਿੰਸੀਪਲ, ਤੁਹਾਨੂੰ ਇਹ ਜਾਣਕਾਰੀ ਦਿੰਦਾ ਜਾਵਾਂਗਾ ਕਿ ਬੱਚਿਆਂ ਨੂੰ ਪੜ੍ਹਾਈ ਤੋਂ ਬੋਰਿੰਗ ਨਾ ਲੱਗਦੇ ਹੋਏ ਉਹਨੂੰ ਫਨ ਬੇਸ ਕਰਨ ਲਈ ਕਿ ਅੱਗੇ ਛੁੱਟੀਆਂ ਆ ਰਹੀਆਂ, ਬੱਚੇ ਉਸ ਛੁੱਟੀਆਂ ਨੂੰ ਕਿਵੇਂ ਯੂਟੀਲਾਈਜ਼ ਕਰਨ, ਇੱਕ ਗਰਮੀ ਦੇ ਵਿੱਚ ਆਪਾਂ ਮਾਹੌਲ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਕਰਨ ਜਾ ਰਹੇ, ਉਸ ਦੇ ਲਈ ਆਪਾਂ ਸਮਰ ਕੈਂਪ ਦਾ ਔਰਗਨਾਈਜੇਸ਼ਨ ਕੀਤਾ। ਇਹਦੇ ਵਿੱਚ ਇਕੱਲਾ ਬੱਚਿਆਂ ਲਈ ਹਰ ਤਰ੍ਹਾਂ ਦੀ ਮੋਟਰ ਸਕਿੱਲ ਡਿਵੈਲਪਮੈਂਟ, ਸਵਿਮਿੰਗ ਦਾ ਅਰੇਂਜਮੈਂਟ ਹੈ, ਨਾਲ ਬੱਚੇ ਐਕਟੀਵਿਟੀ ਵਰਮਾ ਬ੍ਰਿਜ, ਤਾਂ ਕਿ ਬੱਚਾ ਹੋਲਿਸਟਿਕ ਡਿਵੈਲਪਮੈਂਟ ਉਹਨਾਂ ਦੀ ਹੋ ਚੁੱਕੇ ਅਤੇ ਫਨ ਵੇ ਦੇ ਨਾਲ ਉਹ ਆਪਣੀ ਪੜ੍ਹਾਈ ਨੂੰ ਵੀ ਅੱਗੇ ਕੰਟੀਨਿਊ ਕਰਨ।
ਤੇ ਪੜ੍ਹਾਈ ਨੂੰ ਬਰਡਨ ਨਾ ਮੰਨਦੇ ਹੋਏ ਕਿ ਐਕਟੀਵਿਟੀ ਬੇਸ ਅੱਗੇ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰਨ।